ਇਹ ਠੀਕ ਹੈ ਮੇਰੀ ਮੋਟਰਸਾਈਕਲ ਦਾ ਹਾਲ। ਕੱਲ੍ਹ ਮੈਂ ਸਰਵਿਸ ਕਰਾਈ ਅਤੇ ਰਾਤੀ ਬਾਰਿਸ਼ ਹੋਈ ਹੈ, ਸਾਰਾ ਕੱਚਾ ਇਲਾਕਾ ਹੈ, ਸਾਰੀ ਗੱਡੀ ਉਹ ਠੀਕ ਹੈ ਖਰਾਬ ਠੀਕ ਹੈ। ਅਤੇ ਅੱਜ ਵੱਲ ਦੁਬਾਰਾ ਇੱਕ ਸਰਵਿਸ ਕਰੇ ਸੂ। ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ, ਠੀਕ ਹੋ? ਤਬੀ ਅਸੀਂ ਠੀਕ ਹੈ। ਮੈਂ ਹਾਂ ਨਿਆਜ਼ ਅਹਿਮਦ ਅਤੇ ਤੂੰ ਸਾਡੇ ਦੇ ਪਿਓ ਮੇਰੇ ਯੂਟਿਊਬ ਚੈਨਲ ਸਰੈਕੀ ਢੋਲਾ। ਅੱਜ ਸਮੇਂ ਦੇ ਪੈਸੇ ਐਰਨ ਮੈਨ ਰਜਬ ਅਲੀ ਕੋ ਮਿਲਣ, ਠੀਕ ਹੈ, ਜੋ ਕਿ ਸ਼ਾਜਮਾਲ ਦੇ ਇੰਤਹਾਈ ਸ਼ਰੀਫ ਆਦਮੀ ਅਤੇ ਉਹ ਟੈਲੈਂਟ ਟੈਲੈਂਟ ਮੈਨ ਆਦਮੀ ਹੈ, ਠੀਕ ਹੈ। ਅੱਜ ਅਸੀਂ ਉਹਨੇ ਕਿ ਲਿਵੇਂਦੇ ਸੀ, ਥੋੜ੍ਹਾ ਬਹੁਤਾ ਇੰਟਰਵਿਊ ਕੀਤੇ ਸੀ, ਠੀਕ ਹੈ। ਵਲਾਗ ਸਟਾਰਟ ਕਰਨ ਤੋਂ ਪਹਿਲੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ, ਇਸ ਨਾਲ ਘੰਟੀ ਦੇ ਨਿਸ਼ਾਨ ਕੋਈ ਜ਼ਰੂਰ ਦਬੇ ਸੋ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਆਸਾਨੀ ਨਾਲ ਮਿਲ ਸਕੇ। ਅੱਛਾ ਵੀਵਰਸ, ਅਸਾਂ ਤੁਹਾਨੂੰ ਦੱਸਿੰਦੇ ਪਿਆ ਸੀ ਕਿ ਅਸਾਂ ਇੱਕ ਸਾਡੇ ਇਲਾਕੇ ਦੀ ਹਸਤੀ ਹੈ ਮਸ਼ਹੂਰ ਤਰੀਨ ਅਤੇ ਰਜਬ ਅਲੀ, ਅਤੇ ਅਸਾਂ ਉਹਦੇ ਇਕੱਲੇ ਵਹਿੰਦੇ ਪਿਆ ਸੀ। ਸਾਨੂੰ ਮਤਲਬ ਬੇਹੱਦ ਖੁਸ਼ੀ ਥੀਂਦੀ ਹੈ, ਯਾਨੀ ਕਿ ਸਾਡੇ ਇੱਕ ਸ਼ਾਜਮਾਲ ਦਾ ਹੀਰੋ ਹੈ, ਠੀਕ ਹੈ। ਉਹਨੇ ਕਰਾਚੀ ਇਕੱਲੇ ਲਾ ਰੱਖ ਅਤੇ ਆਪਣਾ ਇਸਲਾਮਾਬਾਦ ਤੱਕ ਪੈਦਲ ਸਫ਼ਰ ਕੀਤੇ, ਅਤੇ ਅਸਾਂ ਜੂੰ ਹਸਤੀ ਕਲੇ ਮਸ਼ਹੂਰ ਹੈ, ਥੋੜ੍ਹਾ ਜਿਹਾ ਉਹਦੇ ਕਲੇ ਮੈਂ ਇੰਟਰਵਿਊ ਕਹਿੰਦੇ ਸੀ। ਅਸਲਾਮ ਵਾਲੇਕੁਮ ਰਜਾ ਭਾਈ। ਵਾਲੇਕੁਮ ਸਲਾਮ, ਕੀ ਹਾਲ ਹੈ ਰਜਾ ਬਲੀ, ਠੀਕ ਹੋ? ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਫਸਟ ਕਲਾਸ। ਸੁਣਾ, ਤੁਸਾਂ ਸਾਨੂੰ ਮਤਲਬ ਖਸੂਸੀ ਟਾਈਮ ਦਿੱਤੇ ਵੇ, ਠੀਕ ਹੈ, ਸਾਨੂੰ ਬੇਹੱਦ ਖੁਸ਼ੀ ਥਈ ਹੈ, ਆਪਣਾ ਕੀਮਤੀ ਵਕਤ ਥੋੜ੍ਹਾ ਜਿਹਾ ਸਾਨੂੰ ਦੇ ਦਿੱਤੇ ਵੇ। ਨਹੀਂ ਨਹੀਂ, ਅਸਾਂ ਹਰ ਵਿਰਾਹ ਕਿਤੇ ਹਰ ਟਾਈਮ ਹਾਜ਼ਰ ਹੈ, ਕਿਉਂਕਿ ਆਪਣੇ ਇਲਾਕੇ ਦੇ ਨਾ ਮੇਰਾ ਹੱਕ ਬਣਦੇ ਤੁਹਾਨੂੰ ਟਾਈਮ ਦੇਵਾਂ, ਔਰ ਇਨਸ਼ਾਅੱਲਾ ਤੁਹਾਡੀ ਦੁਆ ਨਾਲ ਹੈ, ਠੀਕ, ਜੋ ਕਿ ਮੈਂ ਕਰਾਚੀ ਕਿ ਨਹੀਂ ਇਸਲਾਮਾਬਾਦ ਦਾ ਪੈਦਲ ਸਫ਼ਰ ਕੀਤੇ ਅਮਨ ਮਾਰਚ ਵਾਸਤੇ, ਠੀਕ ਹੈ, ਕੁਝ ਨਹੀਂ ਪਹਿਲੇ ਨਿਊਜ਼ੀਲੈਂਡ ਪਾਕਿਸਤਾਨ ਦਾ ਦੌਰਾ ਕੀਤਾ, ਸਿਕਿਉਰਟੀ ਦਾ ਕੋਈ ਇਸ਼ੂ ਬਣਾਇਆ ਸੀ ਵੀ ਪਾਕਿਸਤਾਨ ਨੇ ਸਿਕਿਉਰਟੀ ਕਹਿਣੀ, ਅਤੇ ਇਹਦੀ ਅਗਾਹੀ ਹੈ ਕਿ ਵੀ ਪਾਕਿਸਤਾਨ ਕਿਤਨਾ ਸਹੀ ਮੁਲਕ ਹੈ, ਔਰ ਮੈਂ ਕਰਾਚੀ ਕਿ ਨਹੀਂ ਇਸਲਾਮਾਬਾਦ ਦਾ ਪੈਦਲ ਸਫ਼ਰ ਕੀਤੇ 34 ਦਿਨ 'ਚ 1800 ਕਿਲੋਮੀਟਰ ਸਫ਼ਰ ਕੰਪਲੀਟ ਕੀਤੇ, ਬਿਲਕੁਲ, ਔਰ ਮੈਂ ਕਰਾਚੀ 'ਚੋਂ ਨਿਕਲਿਆ, ਮਾਸ਼ਾਅੱਲਾ ਕਰਾਚੀ ਦੇ ਲੋਕ ਅੱਛੇ ਨੇ, ਸਿੰਧ ਦੇ ਲੋਕ ਅੱਛੇ ਨੇ, ਹੈਦਰਾਬਾਦ ਜਿੱਥੇ ਜਿੱਥੇ ਗੁਜ਼ਰਦਾ ਗਿਆ ਮੇਰੇ ਲੋਕੇ ਮਾਸ਼ਾਅੱਲਾ ਸ਼ਾਨਦਾਰ ਇਸਤਕਬਾਲ ਕੀਤੇ, ਖਾਵਣਾ ਪੀਵਣਾ ਸਭ ਕੁਝ ਯਾਨੀ ਕਿ ਮਿਲ ਵੈਂਦਾ ਸੀ, ਰਸਤੇ 'ਚ ਕੋਈ ਵੀ ਪਰੇਸ਼ਾਨੀ ਕਹਿਣੀ ਸੀ, ਲੇਕਿਨ ਕੁਝ ਮੇਰੇ ਪਾਉਂ ਫਟ ਗਏ, ਪੇਰੇ 'ਤੇ ਛਾਲੇ ਪੈ ਗਏ ਹਨ, ਔਰ ਅਲਹਮਦੁਲਿਲਾ ਤੁਹਾਡੀ ਦੁਆ ਨਾਲ ਤਬੀਅਤ ਬਿਲਕੁਲ ਸੈੱਟ ਹੈ, ਕਿਉਂਕਿ ਵਤਨ ਨਾਲ ਮੁਹੱਬਤ ਹੈ, ਔਰ ਦੁਨੀਆ ਕੋ ਅਗਾਹ ਕਰਨਾ ਕਿ ਪਾਕਿਸਤਾਨ ਦਾ ਕੌਣ ਸਾ ਸ਼ਹਿਰ, ਕੌਣ ਸਾ ਇਜ਼ਲਾ, ਔਰ ਕੌਣ ਸਾ ਜੋ ਸੂਬਾ ਹੈ ਦਹਿਸ਼ਤਗਰਦੀ ਸੇ ਪਾ ਕੇ। ਅਲਹਮਦੁਲਿਲਾ ਰਾਸਤੇ ਮੇਂ ਮੁਝੇ ਕਿਸੀ ਵੀ ਚੀਜ਼ ਕੀ ਕੋਈ ਪਰੇਸ਼ਾਨੀ ਨਹੀਂ ਹੋਈ, ਰਾਸਤੇ ਮੇਂ ਅੱਛੇ ਅੱਛੇ ਲੋਕ ਵੀ ਮਿਲਤੇ ਰਹੇ, ਰਾਤ ਕੋ ਵੀ ਚਲਾ ਹੂੰ ਦਿਨ ਕੋ ਵੀ ਚਲਾ ਹੂੰ, ਮੈਨੇ ਦੋਸਤੋਂ ਕੇ ਸਾਥ ਯਾਨੀ ਕਿ ਬੈਠਾ ਹੂੰ ਔਰ ਉਸੇ ਗੱਪ ਸ਼ਪ ਕੀ ਹੈ। ਅੱਛਾ, ਸਫ਼ਰ ਦੇ ਦੌਰਾਨ ਤੋ ਕੋਈ ਮੁਸ਼ਕਲਾਤ, ਕੋਈ ਟੈਨਸ਼ਨ, ਕੋਈ ਪਰੇਸ਼ਾਨੀ ਤੇ ਕਹਿਣੀ ਹੈ? ਨਾ ਨਾ, ਸਫ਼ਰ ਤੇ ਬਿਲਕੁਲ ਕੋਈ, ਬਾਕੀ ਪੇਰੇ ਤੇ ਛਾਲੇ ਪੈ ਗਏ ਹਨ। ਉਹ ਤਾਂ ਸਾਫ ਜ਼ਹਿਰ ਹੈ, ਇਤਨੀ ਬੜਾ ਲੰਬਾ ਸਫ਼ਰ ਕੀਤੇ ਹੋਏ ਪੇਰੇ ਤੇ ਛਾਲੇ ਸਾਫ ਜ਼ਹਿਰ ਨਿਕਲ ਜਾਣ, ਬੰਦਾ ਥਕਾਵਟ ਮਹਿਸੂਸ ਥੀ ਵੈਂਦੀ ਹੈ, ਸਾਰਾ ਕੁਝ ਥੀ ਵੈਂਦੇ, ਲੇਕਿਨ ਅਸਾਂ ਤੁਹਾਡੀ ਜ਼ਰੂਰਤ ਨੂੰ ਸਲਾਮ ਪੇਸ਼ ਕਰੇ ਸੂੰ, ਠੀਕ ਹੈ, ਤੁਸਾਂ ਕਰਾਚੀ ਕਲੇ ਇਸਲਾਮਾਬਾਦ ਤੱਕ ਪੈਦਲ ਸਫ਼ਰ ਕੀਤੇ, ਔਰ ਇਹ ਤੋਂ ਇਲਾਵਾ ਤੁਹਾਡੇ 'ਚ ਜਿਹੜੇ ਬੀਆਂ ਚੀਜ਼ਾਂ ਹਨ, ਮਤਲਬ ਤੁਸਾਂ ਐਰਨ ਮੈਨ ਟੈਲੈਂਟ ਹੈ ਤੁਹਾਡੇ ਕੋਲ, ਠੀਕ ਹੈ, ਅੱਛਾ ਖਾਸਾ, ਅਤੇ ਮਾਸ਼ਾਅੱਲਾ ਅਸਾਂ ਉਹ ਵੀ ਦੇਦੇ ਰਹਿੰਦੇ ਸੀ ਤੁਹਾਨੂੰ, ਆਪਣਾ ਸਾਨੂੰ ਖੁਸ਼ੀ ਥੀਂਦੀ ਹੈ। ਜੀ ਬਿਲਕੁਲ, ਮੈਂ ਆਪਣੇ ਵਜੂਦ ਤੋਂ 3 ਕਾਰਾਂ ਵੀ ਗੁਜ਼ਰਵਾ ਸਕਦਾ, 4 ਬਾਈਕ ਹੱਥੇ ਨਾਲ ਰੋਕ ਸਕਦਾ, ਆਪਣੇ ਜਿਸਮ ਤੋਂ 10 ਬਾਈਕ ਵੀ ਗੁਜ਼ਰਵਾ ਸਕਦਾ, ਜਿਸਮ 'ਤੇ 10 ਸਿੱਲਾਂ ਵੀ ਤੁੜਵਾ ਸਕਦਾ, ਡੰਡੇ ਨਾਲ ਦੇਗਾਂ ਚਾ ਸਕਦਾ, ਉਲਟਾ ਥੀ ਕਿ ਮੋਟਰਸਾਈਕਲ 'ਤੇ, ਬਾਈਕ 'ਤੇ, ਆਪਣਾ ਕਾਰ ਦੇ ਉੱਤੇ, ਮੁਖਤਲਿਫ ਯਾਨੀ ਕਿ ਰਿਐਲਿਟੀ ਸ਼ੋਅ ਹੈ, ਮੈਂ ਪੂਰੇ ਪਾਕਿਸਤਾਨ 'ਚ ਆਪਣੇ ਰਿਐਲਿਟੀ ਸ਼ੋਅ ਵਗੈਰਾ ਦਿਖੇ ਨਾ, ਮਾਸ਼ਾਅੱਲਾ, ਔਰ ਪੂਰਾ ਮੁਲਕ ਜਾਣਦਾ ਹੈ, ਔਰ ਨਿਹਾਇਤ ਹੀ ਖੁਸ਼ੀ ਥਈ ਹੈ, ਇਨਸ਼ਾਅੱਲਾ ਇੱਕ ਦਿਨ ਤੁਹਾਡੇ ਆਪਣਾ ਇਲਾਕਾ ਡਿਸਟ੍ਰਿਕਟ ਮੁਜ਼ੱਫਰਗੜ੍ਹ ਸਿਟੀ ਸ਼ਾਜਮਾਲ ਦਾ ਨਾਂ ਰੋਸ਼ਨ ਕਰੇ ਸਾਂ, ਇਨਸ਼ਾਅੱਲਾ, ਜੋ ਕਿ ਮੇਰੇ ਕੋਲ ਇਸਲਾਮਿਕ ਇੰਟਰਨੈਸ਼ਨਲ ਯੂਨੀਵਰਸਿਟੀ ਜੋਬ ਵੀ ਮਿਲ ਗਈ ਹੈ, ਆਪਣਾ ਉੱਥੇ ਹੀ ਉਹ ਰਿਐਲਿਟੀ ਸ਼ੋਅ ਕਰਨੇ, ਉਸ ਮੈਂ ਕੁਝ ਨਹੀਂ ਪਹਿਲੇ ਇਸਲਾਮਾਬਾਦ ਗਿਆ, ਉੱਥੇ ਆਪਣੇ ਫਨ ਜਿਤਨਾ ਵੀ ਹਨ ਮੇਰੇ 'ਚ ਮੈਂ ਉਹਨੇ ਮੁਜ਼ਾਹਰਾ ਕੀਤਾ, ਔਰ ਉਹਨੇ ਕੋਈ ਇੰਟਰਟੇਨਮੈਂਟ ਕੀਤੇ ਬਹੁਤ ਜ਼ਿਆਦਾ, ਬਾਕੀ ਆਪਣੇ ਇਲਾਕੇ 'ਚ ਉਮੀਦਵਾਰ ਸਰਕਾਰੀ ਜਿਹੜੇ ਸਪੋਰਟ ਨਹੀਂ ਕਰਦੇ, ਅਗਰ ਮੈਂ ਸਪੋਰਟ ਕਰੇ ਨਾ ਤਾਂ ਇਨਸ਼ਾਅੱਲਾ ਮੈਂ ਆਪਣੇ ਡਿਸਟ੍ਰਿਕਟ ਮੁਜ਼ੱਫਰਗੜ੍ਹ ਦਾ ਨਾਂ ਰੋਸ਼ਨ ਕਰੇ ਸਾਂ, ਮਾਸ਼ਾਅੱਲਾ, ਇਨਸ਼ਾਅੱਲਾ ਹੁਣ ਵੀ ਅਹਿਮੀਅਤ ਹੈ, ਇਨਸ਼ਾਅੱਲਾ ਆਪਣੇ ਇਲਾਕੇ ਦਾ ਨਾਮ ਵੀ ਰੋਸ਼ਨ ਕਰੇ ਸਾਂ, ਇਨਸ਼ਾਅੱਲਾ, ਕਿਉਂਕਿ ਮੇਰੇ ਹੱਥ ਪੇਰ ਕਹਿਣਾ ਹਨ ਨਾ, ਮੇਰੀ ਕੋਈ ਸਪੋਰਟ ਨਾ ਕਰਿੰਦਾ, ਇਨਸ਼ਾਅੱਲਾ ਮੈਂ ਆਪਣਾ ਸਾਰਾ ਰਸਤਾ ਟੂਰ ਕੰਪਲੀਟ ਜਿਹੜਾ ਕਿਤੇ ਨਾ ਰੀਅਲ ਕਿਤੇ 34 ਦਿਨ 'ਚ 1800 ਕਿਲੋਮੀਟਰ ਕਰਾਚੀ ਤੋਂ ਲਾਹੌਰ, ਲਾਹੌਰ ਤੋਂ ਵੱਲ ਇਸਲਾਮਾਬਾਦ ਗਿਆ, ਮੇਰੇ 'ਚ ਬਹੁਤ ਕੁਝ ਸਲੀਅਤ ਹੈ, ਲੇਕਿਨ ਅਗਰ ਕੋਈ ਸਪੋਰਟ ਕਰੇ ਤਾਂ ਮੈਂ ਆਪਣਾ ਟੈਲੈਂਟ ਅੱਗੇ ਦਿਖਾਵਾਂ, ਲੋਕਾਂ ਨੂੰ ਪਤਾ ਲੱਗੇ ਕਿ ਰਜਬ ਅਲੀ ਕਿਤਨਾ ਟੈਲੈਂਟ ਹੈ। ਦੇਖੋ ਨਾ, ਕੋਈ ਇਨਸਾਨ 'ਚ ਕੋਈ ਟੈਲੈਂਟ ਹੋਵੇ, ਅਗਰ ਕੋਈ ਸਪੋਰਟ ਨਾ ਕਰੇ ਤਾਂ ਉਹ ਆਪਣਾ ਇਲਾਕਾ ਛੋੜ ਕੇ ਵੇਂਦੇ, ਬਾਕੀ ਆਪਣਾ ਇਲਾਕਾ ਕਿਉਂ ਨਹੀਂ ਪਸੰਦ, ਬਾਕੀ ਲੋਕਾਂ ਨੇ ਬਹੁਤ ਮੁਹੱਬਤ ਦਿੱਤੀ, ਇੱਥੋਂ ਦੇ ਲੋਕ ਅੱਛੇ ਨੇ, ਖਾਵਣਾ ਪੀਵਣਾ ਸਭ ਕੁਝ, ਲੋਕ ਅੱਛੇ ਤਰੀਕੇ ਨਾਲ ਮੇਰੇ ਕੋਲ ਮਿਲੇ, ਜਿਹਦੇ ਨਾਲ ਦੋਸਤੀ ਤਾਲੁਕ ਹੈ, ਔਰ ਮਾਸ਼ਾਅੱਲਾ ਇਤਨੇ ਦੋਸਤ ਬਣੇ ਨੇ, ਫੈਨ ਫੋਲੋਇੰਗ ਥਈ ਹੈ, ਮਾਸ਼ਾਅੱਲਾ, ਬੇਹੱਦ ਖੁਸ਼ੀ ਥਈ ਹੈ ਕਿ ਮੇਰੇ ਕੋਲ ਇਤਨਾ ਯਕੀਨ ਕਹਿੰਦੇ ਕਿ ਮੈਂ ਇਤਨਾ ਸਫ਼ਰ ਕਰੇ ਸਾਂ, ਜਾਂ ਆਪਣਾ ਟੈਲੈਂਟ ਦਿਖੇ ਸਾਂ, ਕਿ ਮੇਰੇ ਕੋਲ ਇਤਨਾ ਮੁਹੱਬਤ ਮਿਲ ਸੀ, ਅੱਛੇ ਅੱਛੇ ਲੋਕ ਮਿਲ ਸਨ, ਇਨਸ਼ਾਅੱਲਾ ਇਹਦੇ ਕਿਲੇ ਵੀ ਅੱਛੇ ਅੱਛੇ ਮੈਂ ਤੁਹਾਨੂੰ ਸਟੈਂਡਰਡ ਦਿਖੇ ਸਾਂ ਜ਼ਰੂਰ, ਔਰ ਅਗਲਾ ਟਾਰਗੇਟ ਮੇਰਾ ਹੈ ਕਿ ਮੈਂ
चाइना बॉर्डर तक पाक चाइना दोस्ती के थ्रू यानी कि इतों के निकलने इस्लामिक इंटरनेशनल यूनिवर्सिटी के थ्रू और इंशाल्लाह जरा टारगेट है मैं बहुत जल्द एक कंप्लीट करे सा और इंशाल्लाह मजीद भी मैं मुस्तकबिल ऐसे ऐसे टैलेंट दिखे सा और अपने इलाके का नाम रोशन करे सा। सही अच्छा गाड़ियाँ वगैरह तो साफ उतों जो गुजरवाने में ठीक है जो मोटरसाइकिल थी गई थे मतलब तो आपको जख्म है उसने जख्म दिखा सकते वे जी जी बिल्कुल क्यों नहीं आते जख्म बाइक जख्म है वे जख्म क्यों नहीं आते इंसान होंगे इंसान बर्दाश्त लेकिन क्या है कि मैं हर इंसान गुरु कैसा के तुसा ये कम नहीं करना चाहिए क्योंकि बहुत मुश्किल है और आपके वास्ते ट्रेनिंग चाहिए क्योंकि मैं को त्रै साल देकर मैं मेहनत दब यानी कि सिला मेरे को मिले बाकी ये तो नहीं कि हर बंदा घर उठी थे गड्डी चढ़वा छोड़े मोटरसाइकिल थे ये नहीं, नहीं यार बहुत किसी मुश्किल है और इन वास्ते देसी खुराक होनी चाहिए माशाल्लाह सारे इलाके के लोग तो सारे देसी हैं लेकिन ज़्यादातर खीर चाहिए होंगे देसी घी माखी मुख्तलिफ जिम्मे चीज़ा फ्रूट वगैरह वो चीज़ा इस्तेमाल करे सो माशाल्लाह तो सेहत वास्ते अच्छा है बाकी जिम वगैरह भी लाजमी है सुबह मैं 2 घंटे ट्रेनिंग करे ना माशाल्लाह बाकी मैं एक गरीब घर ताल्लुक रखना अगर कि मैं अच्छे घर ताल्लुक रखा तो माशाल्लाह कितने ही वहाँ बाकी थोड़ी दुआ मोहब्बत ना ले इंशाल्लाह अल्लाह पाक कहीं दी मेहनत रहेगा नहीं मजा नहीं इंशाल्लाह तो दुआ नाल मेरे को एक जॉब मिल गई इंशाल्लाह उठा अपने मजीद रियलिटी शो दिखे सा। सही है माशाल्लाह माशाल्लाह सारी सपोर्टर जब भी सारी सपोर्ट वाले इंशाल्लाह बाकी मैं सब बिरामे को रिक्वेस्ट करें ना कि भाई दा YouTube चैनल है एक सपोर्ट करो क्योंकि अपने इलाके दा सरेकी चैनल है ना अगर अपने लोगों को तुसा जिवें मेरे अंदर टैलेंट है बाकी ने YouTube चैनल बनाया एक सपोर्ट करो इंदा भी यानी कि YouTube चैनल है मोनेटाइज थी वने तोड़ी दुआ नाल एक सब्सक्राइब करो यानी कि जितने भी यानी कि दोस्त दे दे पे वीडियो को बाकी भी मजीद जरा मेरे नवे वीडियो से मैं भेज दो व्हाट्सएप करे सो तो मेरी अपडेट दे से इंशाल्लाह जरूर जरूर इंशाल्लाह पाकिस्तान जिंदाबाद जी ये हैं अपना रजब अली ठीक है असा इन्हें का बहुत शुक्रिया अदा करने क्योंकि इन्हें सबकों खसूसी टाइम दिते ठीक है ये जैसे बंदे मतलब टाइम देने क्या नहीं होते वाला भी इन्हें का मेहरबानी है कि इन्हें सबकों अपना कीमती वक्त बचों सबकों टाइम दिते इन्हें का शुक्रिया अदा करने अच्छा रजब बिबाल साहब की इजाजत दे सो ठीक है अल्लाह पाक तक सलामत रखे वाला भी रिक्वेस्ट करे ना कि इन चैनल को ना सब्सक्राइब करो और माशाल्लाह इन नवी वीडियो भी तो को अच्छा देखने के मिल से जरूर ठीक है मारका साडे YouTube चैनल को सब्सक्राइब किया करो तो घंटी के निशान को भी जरूर दबाया करो और वीडियो को लाइक किया करो ताकि आने वाली वीडियो तो आपको मिल सके असा बहुत मेहनत नाल वीडियो बनेंदे से ठीक है तो इंशाल्लाह वाल मिल सो अगली वीडियो ते अल्लाह हाफिज़।